एक वीर इत्थे कमेंट किया उन्होंने कि मूर्खो सुन लो, सुनना सीखो, बकवास ना लिखो। एक कोई इत्थे ग्रुप हैगा जिहड़ा बकवास करदा आके, वो सारी दुनिया नू, सारी इंडस्ट्री नू पता, दुनिया नू भी पता, आम दुनिया नू भी, वो किहड़ा ग्रुप इत्थे बकवास करदा। वो हर एक तो मचदे रहिंदे आ, मिर्चां लगदियां उन्हां नू, वो मचदे 9-11 तो भी मचदे आ। एवें मची जाण गए, एवें मची जाण गए, की फायदा? आप कुछ कर नहीं सकते। तुसीं दूजा नूं, दूजा दी कमियां तुसीं लभदे रहने हो। रोक लो फिर आपदे प्यो नूं, रोक लो जाके, जाओ जे ओह रोक सकदे हो तो। सही टक्करिया तुहानूं बंदा, हुण जे मेरे तो बाद कोई बोलण वाला आया तो ही आया, फिर तो स्वाद लिया पा उन्हें, नेरी लियाई पी आ। आई थिंक सुदेश कुमारी जी एक बहुत वड्डा एग्जाम्पल हुए आ साडे इंडस्ट्री दे विच, और उन्हां नाल मेरा बहुत प्यार है, बहुत ज़्यादा। उन्हां दे नाल मैं 2010 ਦੇ ਵਿੱਚ ਸ਼ੋਅ ਕੀਤੇ ਸੀਗੇ, 2010-11 ਦੇ ਵਿੱਚ। ਐਂਡ ਇੰਨੇ ਕੁ ਹੰਬਲ, ਇੰਨੇ ਮੈਨੂੰ ਐਂ ਲੱਗਿਆ ਮੇਰੀ ਵੱਡੀ ਭੈਣ ਮੇਰੇ ਨਾਲ ਹੈ। ਮੈਂ ਕਦੇ, ਮੈਨੂੰ ਐਂ ਮਹਿਸੂਸ ਹੀ ਨਹੀਂ ਹੋਇਆ ਕਿ ਇਹ ਵੀ ਇੰਡਸਟਰੀ 'ਚ ਲੋਕ ਨੇ, ਰੱਬ ਵਰਗੇ, ਰੱਬ ਦੇ ਰੂਪ ਵਰਗੇ ਲੋਕ ਨੇ, ਜਿਨ੍ਹਾਂ 'ਚ ਕੋਈ ਜੈਲਸ ਨਹੀਂ। ਹਮੇਸ਼ਾ ਉਹਨਾਂ ਨੇ ਪਿਆਰ ਹੀ ਦੂਜਿਆਂ 'ਤੇ ਸੁੱਟਿਆ, ਹਮੇਸ਼ਾ ਪਿਆਰ। ਜੈਲਸ ਤੋਂ ਮੈਨੂੰ ਨਹੀਂ ਸਮਝ ਆਉਂਦਾ, ਜੈਲਸ ਤੋਂ ਤੁਹਾਨੂੰ ਮਿਲਦਾ ਕੀ ਆ? ਤੁਸੀਂ ਇੰਨੀ ਨੈਗੇਟਿਵਿਟੀ ਇੱਥੇ ਸੋਸ਼ਲ ਮੀਡੀਆ 'ਤੇ ਆ ਕੇ ਖਿਡਾਉਂਦੇ ਹੋ ਕਾਹਦੇ ਲਈ? ਜਿਹਦੇ ਤੁਸੀਂ ਫੈਨ ਹੋ, ਤੁਸੀਂ ਉਹਦੇ ਫੈਨ ਰਹੋ। ਤੁਹਾਨੂੰ ਪਤਾ ਨਹੀਂ ਕੀ ਮਿਲਦਾ, ਕਿਹੜਾ ਇੱਥੇ ਵਿਟਾਮਿਨ ਮਿਲ ਜਾਂਦਾ ਤੁਹਾਨੂੰ ਦੂਜੇ ਨੂੰ ਗਲਤ ਬੋਲ ਕੇ, ਪਰ ਚਲੋ ਇਟਸ ਓਕੇ। ਜਿਹਨੂੰ ਖੁਸ਼ੀ ਮਿਲਦੀ ਆ ਉਹ ਕਰ ਲਏ। ਤੁਸੀਂ ਕਿਸੇ ਨੂੰ ਦੇਖੋ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਏ। ਜੋ ਪਰਮਾਤਮਾ ਨੇ ਇੱਥੇ ਲਿਖਿਆ ਨਾ, ਤਾਂ ਉਹਨੂੰ ਕੋਈ ਮਿਟਾ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਨੈਗੇਟਿਵਿਟੀ ਫੈਲਾ ਲਓ, ਕਿੰਨਾ ਮਰਜ਼ੀ ਤੁਸੀਂ ਆਪਣਾ ਜ਼ੋਰ ਲਾ ਲਓ, ਪਰ ਹੋਣਾ ਉਹੀ ਹੈ ਜੋ ਪਰਮਾਤਮਾ ਨੇ ਉਸਦੀ ਝੋਲੀ 'ਚ ਪਾ ਕੇ ਭੇਜਿਆ। ਉਹਨੂੰ ਓਨਾ ਹੀ ਮਿਲਣਾ, ਨਾ ਉਹ ਤੋਂ ਵੱਧ ਮਿਲਣਾ, ਨਾ ਘੱਟ ਮਿਲਣਾ, ਉਹਨੂੰ ਓਨਾ ਹੀ ਮਿਲਣਾ। ਅਤੇ ਆ ਫੇਮ ਹੋਮ ਵਾਲੀਆਂ ਗੱਲਾਂ ਤਾਂ ਮੈਨੂੰ ਕੋਈ ਮੈਟਰ ਹੀ ਨਹੀਂ ਕਰਦੀਆਂ। ਆ ਸੈਟਿਸਫੈਕਸ਼ਨ ਲੈਵਲ ਉਹ ਨਾ ਬਹੁਤ ਹੈਗਾ, ਆਪਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਕਿਸੇ ਦੀ, ਕੋਈ ਮੇਰੇ ਬਾਰੇ ਕੀ ਸੋਚਦਾ, ਮੈਨੂੰ ਕੋਈ ਸੁਣਦਾ ਨਹੀਂ ਸੁਣਦਾ। ਸਾਨੂੰ ਤਾਂ ਇੱਕ ਦੁਨੀਆ ਦੀ ਇੱਕੋ ਚੀਜ਼, ਮੈਂ ਇੱਕੋ ਚੀਜ਼ ਮੇਰੇ ਕੋਈ ਨਾ, ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਦਾ ਵੀ ਕੋਈ ਇੰਟਰਵਿਊ ਚੱਕ ਕੇ ਦੇਖ ਲਓ, ਮੈਂ ਇੱਕੋ ਗੱਲ ਕਹਿੰਦੀ ਸੀ, ਲੋਕ ਮੈਨੂੰ ਯਾਦ ਕਰਨ ਤਾਂ ਇੱਜ਼ਤ ਦੇ ਨਾਲ ਕਰਨ, ਫੋਕੇ ਫੇਮ ਵਾਸਤੇ ਨਹੀਂ ਮੈਂ ਫਿਰਦੀ ਇੱਥੇ। ਸੋ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਨੂੰ ਮੇਰਾ ਗਾਣਾ, ਆ ਜਿਹੜੇ ਦੂਜੇ ਸੋ ਕਾਲਡ ਇੱਕ ਗਰੁੱਪ ਹੈਗਾ ਨਾ ਇੱਥੇ, ਉਹ ਮੇਰਾ ਨਾਮ ਹੀ ਗਾਣਾ ਸੁਣਿਆ ਕਰੋ, ਪਰ ਤੁਹਾਨੂੰ ਪਤਾ ਨਹੀਂ ਕਾਹਦੀ ਕਾਹਲੀ ਹੁੰਦੀ ਹੈ ਵੀ ਤੁਸੀਂ ਆ ਕੇ ਮੇਰੇ ਯੂਟਿਊਬ 'ਤੇ ਕਮੈਂਟ ਵੀ ਕਰਨਾ ਹੁੰਦਾ, ਤੁਹਾਨੂੰ ਮੈਂ ਚੰਗੀ ਵੀ ਨਹੀਂ ਲੱਗਦੀ, ਤੁਸੀਂ ਫਿਰ ਵੀ ਆ ਕੇ ਕਮੈਂਟ ਕਰਦੇ ਹੋ, ਮਤਲਬ ਕੀ ਚਾਹੁੰਦੇ ਹੋ ਤੁਸੀਂ? ਤੁਸੀਂ ਘਰੋਂ ਖੁਸ਼ ਨਹੀਂ ਹੈਗੇ ਆਪਣੇ? ਖੁਸ਼ ਰਿਹਾ ਕਰੋ ਵੀਰੇ, ਖੁਸ਼ ਰਿਹਾ ਕਰੋ, ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ ਰਿਹਾ ਕਰੋ, ਠੀਕ ਹੈ? ਐਵੇਂ ਨਾ ਮਚਿਆ ਕਰੋ। ਜੇ ਤੁਹਾਨੂੰ ਇੰਨਾ ਹੀ ਕੋਈ ਨਹੀਂ ਚੰਗਾ ਲੱਗਦਾ, ਉਹਦੇ ਪੇਜ 'ਤੇ ਆਉਂਦੇ ਕਿਉਂ? ਪਹਿਲੀ ਗੱਲ, ਦੂਜੀ ਤੁਸੀਂ ਕਮੈਂਟ ਕਿਉਂ ਕਰਦੇ ਹੋ? ਫਿਰ ਤੁਸੀਂ ਗਾਣੇ ਦੇ ਵੀ ਵੇਟ ਕਰਦੇ ਹੋ, ਫਿਰ ਤੁਸੀਂ ਗਾਣੇ 'ਤੇ ਵੀ ਜਾ ਕੇ ਕਮੈਂਟ ਕਰਦੇ ਹੋ, ਮਤਲਬ ਇਹ ਕੀ ਆ? ਮਤਲਬ ਅੱਖਾਂ 'ਚ ਰਹਿੰਦੀ ਹਾਂ ਮੈਂ, ਜ਼ਹਿਨ 'ਚ ਰਹਿੰਦੀ ਹਾਂ, ਚੜ੍ਹਾਈ ਆ ਫਿਰ ਤਾਂ। ਮੇਰਾ ਗਾਣਾ ਵੀ ਨਹੀਂ ਕੋਈ ਚੱਲੇ, ਮੰਨ ਲਓ ਮੇਰਾ ਕੋਈ ਗਾਣਾ ਵੀ ਨਹੀਂ ਚੱਲਦਾ, ਮੈਂ ਮੰਨ ਲੈਂਦੀ ਹਾਂ, ਫਿਰ ਵੀ ਤੁਸੀਂ ਆ ਕੇ ਮਤਲਬ ਮੈਨੂੰ ਫੋਲੋ ਕਰਦੇ ਹੋ, ਦੈਟਸ ਅ ਬਿਗ ਥਿੰਗ। ਚੱਕ ਕੇ ਰੱਖੋ ਫੱਟੇ ਇੱਦਾਂ ਹੀ ਬੇੜਾ, ਜਿੰਨਾ ਤੁਸੀਂ ਕਰੋਗੇ ਨਾ, ਕਿਸੇ ਨੂੰ ਸਤਾਓਗੇ ਓਨਾ ਹੀ ਉਹ, ਕਹਿੰਦੇ ਨਾ ਮੱਛੀ ਨੂੰ ਐਂ ਕਰੋਗੇ ਤਾਂ ਉਹ ਉੱਤੇ ਹੀ ਜਾਏਗੀ, ਹੈ ਨਾ, ਹੱਥਾਂ 'ਚੋਂ ਨਿਕਲ ਕੇ ਜਾਊਗੀ। ਤੁਸੀਂ ਜਿੰਨਾ ਕਿਸੇ ਨੂੰ ਕਰੋਗੇ ਨਾ, ਉਹ ਭਾਂਬੜ ਓਨਾ ਹੀ ਮਚੂਗਾ। ਹੋਰ ਪਾਓ, ਤੇ ਹੋਰ ਪਾਓ, ਕੋਈ ਚੱਕਰ ਨਹੀਂ ਆ।
एंड मेरा एक एक चीज मेरी माननी आ लेजेंड साढ़े बहुत सारे होए आ बहुत सारे थोड़े आप च जुरत हैगी है ना थोड़े आप दे विच ओ पावर हैगी आ थोड़े च पैशन हैगा नहीं रोक सकता। एंड बिग एग्जाम्पल है सिद्धू मूसेवाला अज सारी दुनिया के पिछे लगी हुई आ। मैं नहीं सुनती सी गाने सिद्धू दे पहला गाना मैं 2017 च पहली बार मैं अमेरिका सी और मैं उत्थे गाना सुनिया मैनू गाना बहुत पसंद आया ते उच्चिया ने गल्लां तेरे यार दियां मैं सुनिया उस तो बाद मैं इन्ना फॉलो नहीं किया कदे बट आ पिछले 6-7 महीनों तो या साल तो कह लो मैनू मैनू सिंगर तो बाद दी गल है एक इंसान दे तौर ते मैं उस बंदे नू मैनू चंगा लग्या हो घट्टो घट बोलदा ते है साडी इंडस्ट्री च तां इह बंदे सिंगर जिहड़े मुंडे सिंगर हैगे उहनां च इन्ने गट्स नहीं हैगे कि बोल सकन उहदा कुड़ियां दे वांगू ऐ कुत्ता नहीं जिवें पूंछ नू दबा के भज जांदा है ऐ बह जांदा है ओह साडे करियर ते फर्क पऊगा साडी सानू शो मिलने बंद हो जाणगे ओह घट्टो घट जुरत वाला बंदा तां हैगा बोलदा ते है और मैनू आही चीज़ उहदे च चंगी लगी कि बंदा बंदियां दी तरह होना चाहीदा सो आ चीज़ मैनू चंगी लगी सिद्धू दी इस करके मैं उहनू एप्रीशिएट भी करदी हाँ एंड सारी दुनिया पिछे लाई हुई है ही इज़ अ बिग एग्जाम्पल उहदा नाम इस करके लिया कि बहुत वड्डा एग्जाम्पल है चैनलों की लोड़ नहीं पैंदी चैनल आप भज्जे भज्जे आउंदे आ गल तां सिर्फ अपने आप ते विश्वास की होंदी है अपने आप ते विश्वास हो ना तुहानूं किसी चैनल की लोड़ है ना किसी कंपनी की लोड़ है किसी की लोड़ नहीं सिर्फ एक आम जनता की लोड़ है तो अपने आप ते विश्वास की लोड़ है दैट्स इट इज़ अ बिग एग्जाम्पल कमेंट्स आ रहे हैं आ कमेंट वाली तुक्की कढ के रखा करो तुसी चलो बस करिए हुण लाइव मेरा जड़ी मैं पोस्ट पाई सी इस तो पहला वो सी कि और की हुंदा वो इस चीज़ दे नाल रिलेटेड सी जेडे आर्टिस्ट इन्हां चैनलां तो इन्हां कंपनियां तो परेशान हैगे आ ये उन्हां दे लई सी पोस्ट मजबूर करते हैं किसी भी आर्टिस्ट दा यू नो उन्हें ट्रोमा च जाण लई मजबूर करते हैं अवार्ड की हुंदे आ अवार्ड तो पेड हुंदे आ वो तो डीलिंग हुंदी आ बैठ के लिटरली डीलिंग हुंदी आ कि ओके तुसी साडे शो च परफॉर्म कर दो असी थोनू अवार्ड दे दांगे ओके तुसी साडे शो च आ जाओ एज अ गेस्ट आ जाओ असी थोनू अवार्ड दे दांगे सो इट्स ऑल अबाउट डीलिंग ए डील्स हुंदियां हुण केड़े दा हाँ एक टाइम च तां साडे पंजाबी म्यूजिक इंडस्ट्री अवार्ड शोज यू नो मैटर करदे सीगे एक बार मैं बोली भी सी उदो मैं पता नहीं सी आई वॉज इनोसेंट मैं उस तो बाद अकल आई है मैं ऑनेस्टली दसा मैं उस तो बाद ही अकल आई है कि यू डोंट हैव टू स्पीक थानू नहीं जरूरत हैगी एक छोटिया चीज़ा ने अवार्ड छोटी चीज़ है अवार्ड वो चीज़ होंगी जो थानू लोग देंगे है ना थानू सरकार देंदी है मैं तो नहीं रौला पाया कदे कि मैं जी हरियाणा सरकार ने मैं उतों की लोक गायिका का यू नो अवार्ड दिता होया है ना मैं उतों की मैनू लोक सिंगर का मैनू अवार्ड मिलया मैं तो नहीं कदे रौला पाया उस चीज़ का अवार्ड वो होंगे थानू रिकगनाइज करते हैं मैं नहीं कदे रौला पाया कि जी मेरे उतों के सिलेबस के मेरा नाम आता हरियाणा के सिलेबस के नाम आता मैं नहीं कदे चीज़ा मैं नहीं फेक पेजिस बनाए हुए मैं फेक आई डीज नहीं बनाई मैं फेक यूट्यूब के चैनल्स से अपनी फेक आई डीज नहीं बनाई हुई जड़े चक दो फटे हांडा जी करन पिछों आके है ना मैनू नहीं लोड़ वह जो फेक कमेंट्स की फेक व्यूज़ की फेक लोगों की मैनू नहीं लोड़ लोड़ होंगी है प्यार की जिहड़ा थानू सामने मिलता जो तुम जाने हो ना ये भी कोई गल नहीं हैगी कि कट हों अजक बोंगा या सिंगर हों गा भी नहीं आता वो भी शो च कट हो जाता है ना इस चीज़ की नहीं लोड़ हैगी टीवी ते आना भी कोई वड्डी गल नहीं हैगी मेलियां च इकट्ठ करना भी कोई वड्डी गल नहीं हैगी उधर ट्रालियां भर भर के आप ही भेज देंदे कई तां है ना मैनू पिछे जी किसी ने बड़े अटैक किए थे वो फलानी जगह तो ट्राली भर के जानी आ जाओ इकट्ठे हो जाओ है ना नंबर किसी का दे दिता सो इस तरह का मेला जिन्ना मर्जी भर लो
ਹੁਣ ਮੇਰੀ ਗੱਲ ਨੂੰ ਅਦਰਵਾਈਜ਼ ਨਾ ਲਿਓ ਕਿਸੇ 'ਤੇ, ਮੈਂ ਪਰਟੀਕੁਲਰ ਨਹੀਂ ਲਾ ਰਹੀ ਹਾਂ ਗੱਲ, ਇਹ ਗੱਲਾਂ ਨਿਕਲਦੀਆਂ ਬਾਹਰ ਇੰਡਸਟਰੀ ਦੇ ਵਿੱਚ, ਤਾਂ ਅਸਲੀਅਤ ਤਾਂ ਸਾਹਮਣੇ ਆਉਣੀ ਚਾਹੀਦੀ ਹੈ ਨਾ। ਮੇਲੇ ਤਾਂ ਭਰ ਜਾਣਗੇ, ਫਿਲਮਾਂ ਕਿਉਂ ਨਹੀਂ ਹਿੱਟ ਹੁੰਦੀਆਂ ਲੋਕਾਂ ਦੀਆਂ? ਫਿਰ ਮੇਲੇ ਭਰ ਜਾਂਦੇ ਆ, ਆਡੀਅੰਸ ਆ ਜਾਂਦੀ ਆ, ਫਿਲਮ ਕਿਉਂ ਨਹੀਂ ਚੱਲਦੀ? ਫਿਲਮਾਂ 'ਚ ਥੀਏਟਰ ਕਿਉਂ ਨਹੀਂ ਭਰਦੇ? ਉਹ ਤੀਜੇ ਚੌਥੇ ਦਿਨ ਹੀ ਕਿਉਂ ਉਤਰ ਜਾਂਦੀ ਹੈ ਫਿਲਮ, ਜਾਂ ਹਫ਼ਤੇ ਬਾਅਦ ਹੀ ਕਿਉਂ ਉਤਰ ਜਾਂਦੀ ਆ? ਰਿਐਲਿਟੀ, ਰਿਐਲਿਟੀ 'ਚ ਰਹਿਣਾ ਸਿੱਖੀਏ, ਫੇਕ ਦੁਨੀਆ ਨੂੰ ਛੱਡੀਏ। ਜਿਹਨੂੰ ਸਲਾਮਾਂ ਹੋਣੀਆਂ ਨੂੰ ਹੋ ਹੀ ਜਾਣੀਆਂ, ਆ ਰੌਲੇ ਪਾ ਕੇ ਨਹੀਂ ਸਲਾਮਾਂ ਹੋਣੀਆਂ, ਹੈ ਨਾ। ਸਲਾਮਾਂ ਹੋਣ ਲਈ ਜਿਗਰਾ ਹੋਣਾ ਚਾਹੀਦਾ, ਜੁਰਤ ਹੋਣੀ ਚਾਹੀਦੀ ਆ। ਪੈਸੇ ਲਾ ਕੇ ਤਾਂ ਕੋਈ ਵੀ ਸਲਾਮ ਕਰਾ ਲੂਗਾ। ਸੋ ਅਵਾਰਡ ਮੈਟਰ ਨਹੀਂ ਕਰਦਾ, ਲੋਕਾਂ ਦਾ ਅਵਾਰਡ ਮੈਟਰ ਕਰਦਾ। ਅਤੇ ਬਹੁਤ ਐਗਜ਼ਾਮਪਲਸ ਹੈਗੇ ਨੇ ਇਸ ਵੇਲੇ ਜਿਹੜੇ ਆਪਣੇ ਦਮ 'ਤੇ ਆਏ ਆ ਸਿੰਗਰਸ, ਔਰ ਉਹਨਾਂ ਨੇ ਮੁਕਾਮ ਵੀ ਬਣਾਇਆ।